ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬੀਤੇ ਕੱਲ੍ਹ ਦਿੱਲੀ ਤੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਆਏ। ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ ਤਾਂ ਉਹ ਅਚਾਨਕ ਡਿੱਗ ਪਏ। ਉਹਨਾਂ ਦੇ ਡਿੱਗਣ ਕਾਰਨ ਉਹਨਾਂ ਦੇ ਸੱਟ ਲੱਗੀ ਤਾਂ ਉਹਨਾਂ ਨੂੰ ਵਾਪਸ ਜਿਹੜਾ ਦਿੱਲੀ ਲਿਜਾਇਆ ਗਿਆ, ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਉੱਥੇ ਉਹਨਾਂ ਦਾ ਇਲਾਜ ਪਹਿਲਾਂ ਵੀ ਚੱਲਦਾ ਉਸ ਹਸਪਤਾਲ ਦੇ ਵਿੱਚੋਂ, ਤਾਂ ਦੁਬਾਰਾ ਮੁੜ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਗਿਆ। ਤਾਂ ਇਸ 'ਤੇ ਵਿਰੋਧੀ ਜਿਹੜੇ ਆ ਉਹਨਾਂ ਦੀ ਸਿਹਤ ਦੀਆਂ ਕਾਮਨਾਵਾਂ ਵੀ ਕਰ ਰਹੇ ਆ, ਅਸੀਂ ਵੀ ਉਹਨਾਂ ਦੀ ਸਿਹਤ ਦੀ ਕਾਮਨਾ ਕਰਦੇ ਹਾਂ ਕਿ ਉਹ ਸਿਹਤ ਜਲਦੀ ਸਿਹਤਯਾਬ ਹੋ ਕੇ ਵਾਪਸ ਪੰਜਾਬ ਆਉਣ ਅਤੇ ਪੰਜਾਬ ਦੇ ਜਿਹੜੇ ਕੰਮਕਾਜ ਨੂੰ ਸੰਭਾਲਣ। ਪਰ ਉੱਥੇ ਇੱਕ ਤੰਜ ਵੀ ਕੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਲਗਾਤਾਰ ਪੰਜਾਬ ਦੇ ਸਿਹਤ ਮਾਡਲ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੀਆਂ ਵੀਡੀਓ ਜਾਰੀ ਹੋ ਰਹੀਆਂ ਕਿ ਉਹ ਕਹਿ ਰਹੇ ਨੇ ਕਿ ਪੰਜਾਬ ਦੀਆਂ ਮੁਹੱਲਾ ਕਲੀਨਿਕਾਂ ਦਾ ਮਾਡਲ ਅਮਰੀਕਾ ਕਾਪੀ ਕਰਨ ਫਿਰਦਾ, ਅਮਰੀਕਾ ਸਾਡੇ ਤੋਂ ਮੁਹੱਲਾ ਕਲੀਨਿਕਾਂ ਦਾ ਮਾਡਲ ਮੰਗ ਰਿਹਾ। ਤਾਂ ਉੱਥੇ ਸਵਾਲ ਇਹ ਉੱਠ ਰਹੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਿਹਤ 'ਤੇ ਇੰਨਾ ਬਜਟ ਖਰਚ ਕੀਤਾ, ਅਸੀਂ ਮੁਹੱਲਾ ਕਲੀਨਿਕਾਂ 'ਤੇ ਇੰਨਾ ਬਜਟ ਖਰਚ ਕੀਤਾ, ਤਾਂ ਫਿਰ ਆਪਣੀ ਜਦ ਆਪਣੀ ਸਿਹਤ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਇਹਨਾਂ ਹਸਪਤਾਲਾਂ ਦੇ ਵਿੱਚ ਦਾਖਲ ਕਿਉਂ ਨਹੀਂ ਹੁੰਦੇ? ਮਾਣਯੋਗ ਮੁੱਖ ਮੰਤਰੀ ਜਦ ਉਹ ਆਮ ਆਦਮੀ ਪਾਰਟੀ ਦੇ ਲੀਡਰ ਸਨ ਪੰਜਾਬ ਦੇ ਵਿੱਚ, ਕਾਂਗਰਸ ਦੀ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਤਾਂ ਉਹ ਉਸ ਸਮੇਂ ਦੇ ਲੀਡਰਾਂ 'ਤੇ ਤੰਜ ਜ਼ਰੂਰ ਕੱਸਦੇ ਰਹੇ ਆ। ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਕਹਿੰਦੇ ਰਹੇ ਕਿ ਆਪਣਾ ਇਲਾਜ ਕਰਾਉਣ ਲਈ ਵਿਦੇਸ਼ ਜਾਂਦੇ ਨੇ, ਇਹਨਾਂ ਨੇ ਪੰਜਾਬ ਦੇ ਹਸਪਤਾਲ ਕਿਉਂ ਵਧੀਆ ਪੱਧਰ ਦੇ ਨਹੀਂ ਕੀਤੇ। ਕੈਪਟਨ ਅਮਰਿੰਦਰ ਸਿੰਘ 'ਤੇ ਵੀ ਸਵਾਲ ਉੱਠਦੇ ਰਹੇ ਨੇ ਕਿ ਉਹ ਆਪਣਾ ਇਲਾਜ ਕਰਾਉਣ ਲਈ ਵਿਦੇਸ਼ਾਂ 'ਚ ਜਾਂਦੇ ਨੇ, ਬਾਹਰ ਜਾਂਦੇ ਨੇ, ਉਹਨਾਂ ਨੇ ਪੰਜਾਬ ਦੇ ਹਸਪਤਾਲ ਇਸ ਪੱਧਰ ਦੇ ਕਿਉਂ ਨਹੀਂ ਕੀਤੇ ਕਿ ਉਹਨਾਂ ਨੂੰ ਵਿਦੇਸ਼ ਨਾ ਜਾਣਾ ਪਵੇ? ਪਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਵਿੱਚ ਮੁੱਖ ਦੋ ਗੱਲਾਂ ਕਰਕੇ ਸੱਤਾ ਦੇ ਵਿੱਚ ਆਏ ਨੇ, ਸਿਹਤ ਅਤੇ ਸਿੱਖਿਆ, ਸਿਹਤ ਮਾਡਲ ਦੀ ਜਿਹੜੀ ਹੈ ਪੋਲ ਉਹ ਆਪ ਹੀ ਖੋਲ੍ਹਦੇ ਨਜ਼ਰ ਆ ਰਹੇ ਨੇ ਕਿ ਜਦ ਉਹਨਾਂ ਨੂੰ ਹੀ ਭਰੋਸਾ ਨਹੀਂ ਪੰਜਾਬ ਦੇ ਹਸਪਤਾਲਾਂ 'ਤੇ, ਪੰਜਾਬ ਦੇ ਜਿਹੜੇ ਆ ਸਿਹਤ ਸਿਸਟਮ 'ਤੇ, ਪੰਜਾਬ ਦੇ ਸਿਹਤ ਪ੍ਰਬੰਧ 'ਤੇ, ਤਾਂ ਫਿਰ ਆਮ ਲੋਕਾਂ ਦਾ ਭਰੋਸਾ ਕਿਵੇਂ ਵੱਜੇਗਾ? ਉਹ ਖੁਦ ਵੱਡੇ ਵੱਡੇ ਨਾਅਰੇ ਲਗਾਉਂਦੇ ਨੇ, ਬੋਰਡ ਲੱਗੇ ਹੋਏ ਨੇ ਪੰਜਾਬ ਵਿੱਚ ਜਗ੍ਹਾ ਜਗ੍ਹਾ ਕਿ ਪੰਜਾਬ ਦੇ ਵਿੱਚ ਜਿਹੜਾ ਸਿਹਤ ਦੇ ਉੱਤੇ ਇੰਨਾ ਬਜਟ ਖਰਚਿਆ ਜਾ ਰਿਹਾ, ਪਰ ਜਿਹੜੀ ਅਸਲ ਤਸਵੀਰ ਉਹ ਕੁਝ ਹੋਰ ਹੀ ਬਿਆਨ ਕਰਦੀ ਹੈ। ਉਹ ਇਹ ਬਿਆਨ ਕਰਦੀ ਹੈ ਕਿ ਜਦ ਮੁੱਖ ਮੰਤਰੀ ਆਪਣਾ ਇਲਾਜ ਹੀ ਪੰਜਾਬ 'ਚੋਂ ਨਹੀਂ ਕਰਵਾਉਂਦੇ ਤਾਂ ਇਹਦਾ ਮਤਲਬ ਪੰਜਾਬ ਦੇ ਵਿੱਚ ਸਿਹਤ ਪ੍ਰਬੰਧ ਉਸ ਪੱਧਰ ਦੇ ਨਹੀਂ ਹਨ ਕਿ ਮੁੱਖ ਮੰਤਰੀ ਇੱਥੋਂ ਇਲਾਜ ਕਰਵਾ ਸਕਣ। ਤਾਂ ਇਸੇ ਕਰਕੇ ਉਹ ਅਪੋਲੋ ਹਸਪਤਾਲ ਗਏ ਨੇ, ਅਪੋਲੋ ਇੱਕ ਵੱਡਾ ਹਸਪਤਾਲ ਹੈ, ਤਾਂ ਉੱਥੋਂ ਉਹਨਾਂ ਦਾ ਪਹਿਲਾਂ ਵੀ ਇਲਾਜ ਚੱਲਦਾ। ਤਾਂ ਉਹ ਸਵਾਲ ਹੁਣ ਵਾਰ ਵਾਰ ਇਹੀ ਖੜ੍ਹਾ ਹੁੰਦਾ ਹੈ ਕਿ ਦੂਜਿਆਂ ਨੂੰ ਭੰਡਣਾ ਅਤੇ ਦੂਜਿਆਂ 'ਤੇ ਸਵਾਲ ਖੜ੍ਹੇ ਕਰਨਾ ਕਿ ਅਸੀਂ ਸਿਹਤ ਦਾ ਮਾਡਲ ਇਸ ਤਰੀਕੇ ਦਾ ਕਰ ਦਿੱਤਾ ਹੈ, ਅਮਰੀਕਾ ਸਾਨੂੰ ਕਾਪੀ ਕਰਨ ਆਉਂਦਾ, ਅਮਰੀਕਾ ਦੇ ਰਾਸ਼ਟਰਪਤੀ ਸਾਨੂੰ ਪੁੱਛਦੇ ਆ ਕਿ ਤੁਸੀਂ ਐਡਾ ਘੈਂਟ ਮਾਡਲ ਕਿੱਥੋਂ ਲੈ ਕੇ ਆਉਂਦਾ, ਪਰ ਉਹ ਮਾਡਲ ਦੇ ਵਿੱਚ ਖੁਦ ਇਲਾਜ ਕਰਾਉਣ ਤੋਂ ਬਾਹਰੇ ਨੇ, ਖੁਦ ਇਲਾਜ ਨਹੀਂ ਕਰਵਾ ਰਹੇ। ਸਿਹਤ ਮਾਡਲ ਦੀ ਵੀ ਸਿੱਖਿਆ ਮਾਡਲ ਦੀ ਵੀ ਜੇ ਨਾਲ ਥੋੜ੍ਹੀ ਜਿਹੀ ਗੱਲ ਕਰ ਲਈਏ ਤਾਂ ਅਸੀਂ ਪਿਛਲੇ ਦਿਨੀ ਪੁੱਛਿਆ ਅਧਿਆਪਕਾਂ ਦੀ ਜਥੇਬੰਦੀ ਤੋਂ ਪੁੱਛਿਆ, ਉਹਨਾਂ ਦੇ ਪ੍ਰਧਾਨ ਤੋਂ ਪੁੱਛਿਆ ਕਿ ਤੁਹਾਡੇ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕਿਸੇ MLA ਦਾ ਬੱਚਾ ਪੜ੍ਹ ਰਿਹਾ, ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕਿਸੇ ਬਿਊਰੋਕਰੇਟ ਦਾ ਜਾਂ ਕਿਸੇ MLA ਦਾ ਬੱਚਾ ਨਹੀਂ ਪੜ੍ਹ ਰਿਹਾ। ਤਾਂ ਇੱਥੋਂ ਇਹ ਵੀ ਪਤਾ ਲੱਗਦਾ ਕਿ ਸਿੱਖਿਆ ਦਾ ਮਾਡਲ ਵੀ ਕੋਈ ਬਹੁਤਾ ਵਧੀਆ ਨਹੀਂ ਹੈ। ਜਦ MLA ਭਰੋਸਾ ਨਹੀਂ ਕਰ ਰਹੇ ਸਰਕਾਰੀ ਸਕੂਲਾਂ ਦੇ ਉੱਤੇ, ਜਦ ਬਿਊਰੋਕਰੇਟ ਭਰੋਸਾ ਨਹੀਂ ਕਰ ਰਹੇ, ਤਾਂ ਲੋਕਾਂ ਦਾ ਭਰੋਸਾ ਵੀ ਕਿਸ ਤਰੀਕੇ ਨਾਲ ਵੱਜੇਗਾ? ਤਾਂ ਹੁਣ ਸਿਹਤ ਦੀ ਗੱਲ ਚੱਲੀ ਤਾਂ ਜਦ ਮੁੱਖ ਮੰਤਰੀ ਪੰਜਾਬ ਦੇ ਸਿਹਤ ਤੰਤਰ 'ਤੇ ਭਰੋਸਾ ਨਹੀਂ ਕਰਦੇ, ਉਹ ਖੁਦ ਆਪਣਾ ਇਲਾਜ ਕਰਵਾਉਣ ਲਈ ਚੰਗੇ ਹਸਪਤਾਲਾਂ ਦੇ ਵਿੱਚ ਜਾਂਦੇ ਨੇ, ਦਿੱਲੀ ਵੱਲੋਂ ਰੂਟ ਕੱਟਦੇ ਨੇ, ਤਾਂ ਫਿਰ ਆਮ ਲੋਕਾਂ ਦਾ ਭਰੋਸਾ ਕਿਵੇਂ ਵੱਜੇਗਾ? ਸੋ ਇਹ ਸਿਹਤ ਮਾਡਲ ਦੇ ਉੱਤੇ ਜਿਹੜੇ ਸਵਾਲ ਵਿਰੋਧੀ ਖੜ੍ਹੇ ਕਰ ਰਹੇ ਨੇ ਉਹ ਅਸੀਂ ਤੁਹਾਨੂੰ ਦੱਸੇ ਆ। ਮੁੱਖ ਮੰਤਰੀ ਸਾਹਿਬ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ, ਉਹ ਜਲਦ ਤੰਦਰੁਸਤ ਹੋ ਕੇ ਵਾਪਸ ਪੰਜਾਬ ਆਉਣਗੇ ਅਤੇ ਪੰਜਾਬ ਦੇ ਕੰਮਕਾਜ ਨੂੰ ਸੰਭਾਲਣਗੇ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬੀਤੇ ਕੱਲ੍ਹ ਦਿੱਲੀ ਤੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਆਏ। ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ ਤਾਂ ਉਹ ਅਚਾਨਕ ਡਿੱਗ ਪਏ। ਉਹਨਾਂ ਦੇ ਡਿੱਗਣ ਕਾਰਨ ਉਹਨਾਂ ਦੇ ਸੱਟ ਲੱਗੀ ਤਾਂ ਉਹਨਾਂ ਨੂੰ ਵਾਪਸ ਜਿਹੜਾ ਦਿੱਲੀ ਲਿਜਾਇਆ ਗਿਆ, ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਉੱਥੇ ਉਹਨਾਂ ਦਾ ਇਲਾਜ ਪਹਿਲਾਂ ਵੀ ਚੱਲਦਾ ਉਸ ਹਸਪਤਾਲ ਦੇ ਵਿੱਚੋਂ, ਤਾਂ ਦੁਬਾਰਾ ਮੁੜ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਗਿਆ। ਤਾਂ ਇਸ 'ਤੇ
ਵਿਰੋਧੀ ਜਿਹੜੇ ਆ ਉਹਨਾਂ ਦੀ ਸਿਹਤ ਦੀਆਂ ਕਾਮਨਾਵਾਂ ਵੀ ਕਰ ਰਹੇ ਆ। ਅਸੀਂ ਵੀ ਉਹਨਾਂ ਦੀ ਸਿਹਤ ਦੀ ਕਾਮਨਾ ਕਰਦੇ ਹਾਂ ਕਿ ਉਹ ਸਿਹਤ ਜਲਦੀ ਸਿਹਤਯਾਬ ਹੋ ਕੇ ਵਾਪਸ ਪੰਜਾਬ ਆਉਣ ਅਤੇ ਪੰਜਾਬ ਦੇ ਜਿਹੜੇ ਕੰਮਕਾਜ ਨੂੰ ਸੰਭਾਲਣ। ਪਰ ਉੱਥੇ ਇੱਕ ਤੰਜ ਵੀ ਕੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਲਗਾਤਾਰ ਪੰਜਾਬ ਦੇ ਸਿਹਤ ਮਾਡਲ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੀਆਂ ਵੀਡੀਓ ਜਾਰੀ ਹੋ ਰਹੀਆਂ ਕਿ ਉਹ ਕਹਿ ਰਹੇ ਨੇ ਕਿ ਪੰਜਾਬ ਦੀਆਂ ਮੁਹੱਲਾ ਕਲੀਨਿਕਾਂ ਦਾ ਮਾਡਲ ਅਮਰੀਕਾ ਕਾਪੀ ਕਰਨ ਫਿਰਦਾ, ਅਮਰੀਕਾ ਸਾਡੇ ਤੋਂ ਮੁਹੱਲਾ ਕਲੀਨਿਕਾਂ ਦਾ ਮਾਡਲ ਮੰਗ ਰਿਹਾ। ਤਾਂ ਉੱਥੇ ਸਵਾਲ ਇਹ ਉੱਠ ਰਹੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਿਹਤ 'ਤੇ ਇੰਨਾ ਬਜਟ ਖਰਚ ਕੀਤਾ, ਅਸੀਂ ਮੁਹੱਲਾ ਕਲੀਨਿਕਾਂ 'ਤੇ ਇੰਨਾ ਬਜਟ ਖਰਚ ਕੀਤਾ, ਤਾਂ ਫਿਰ ਆਪਣੀ ਜਦ ਆਪਣੀ ਸਿਹਤ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਇਹਨਾਂ ਹਸਪਤਾਲਾਂ ਦੇ ਵਿੱਚ ਦਾਖਲ ਕਿਉਂ ਨਹੀਂ ਹੁੰਦੇ? ਮਾਣਯੋਗ ਮੁੱਖ ਮੰਤਰੀ ਜਦ ਉਹ ਆਮ ਆਦਮੀ ਪਾਰਟੀ ਦੇ ਲੀਡਰ ਸਨ ਪੰਜਾਬ ਦੇ ਵਿੱਚ, ਕਾਂਗਰਸ ਦੀ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਤਾਂ ਉਹ ਉਸ ਸਮੇਂ ਦੇ ਲੀਡਰਾਂ 'ਤੇ ਤੰਜ ਜ਼ਰੂਰ ਕੱਸਦੇ ਰਹੇ ਆ। ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਕਹਿੰਦੇ ਰਹੇ ਕਿ ਆਪਣਾ ਇਲਾਜ ਕਰਾਉਣ ਲਈ ਵਿਦੇਸ਼ ਜਾਂਦੇ ਨੇ, ਇਹਨਾਂ ਨੇ ਪੰਜਾਬ ਦੇ ਹਸਪਤਾਲ ਕਿਉਂ ਵਧੀਆ ਪੱਧਰ ਦੇ ਨਹੀਂ ਕੀਤੇ। ਕੈਪਟਨ ਅਮਰਿੰਦਰ ਸਿੰਘ 'ਤੇ ਵੀ ਸਵਾਲ ਉੱਠਦੇ ਰਹੇ ਨੇ ਕਿ ਉਹ ਆਪਣਾ ਇਲਾਜ ਕਰਾਉਣ ਲਈ ਵਿਦੇਸ਼ਾਂ 'ਚ ਜਾਂਦੇ ਨੇ, ਬਾਹਰ ਜਾਂਦੇ ਨੇ, ਉਹਨਾਂ ਨੇ ਪੰਜਾਬ ਦੇ ਹਸਪਤਾਲ ਇਸ ਪੱਧਰ ਦੇ ਕਿਉਂ ਨਹੀਂ ਕੀਤੇ ਕਿ ਉਹਨਾਂ ਨੂੰ ਵਿਦੇਸ਼ ਨਾ ਜਾਣਾ ਪਵੇ? ਪਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਵਿੱਚ ਮੁੱਖ ਦੋ ਗੱਲਾਂ ਕਰਕੇ ਸੱਤਾ ਦੇ ਵਿੱਚ ਆਏ ਨੇ, ਸਿਹਤ ਅਤੇ ਸਿੱਖਿਆ, ਸਿਹਤ ਮਾਡਲ ਦੀ ਜਿਹੜੀ ਹੈ ਪੋਲ ਉਹ ਆਪ ਹੀ ਖੋਲ੍ਹਦੇ ਨਜ਼ਰ ਆ ਰਹੇ ਨੇ ਕਿ ਜਦ ਉਹਨਾਂ ਨੂੰ ਹੀ ਭਰੋਸਾ ਨਹੀਂ ਪੰਜਾਬ ਦੇ ਹਸਪਤਾਲਾਂ 'ਤੇ, ਪੰਜਾਬ ਦੇ ਜਿਹੜੇ ਆ ਸਿਹਤ ਸਿਸਟਮ 'ਤੇ, ਪੰਜਾਬ ਦੇ ਸਿਹਤ ਪ੍ਰਬੰਧ 'ਤੇ, ਤਾਂ ਫਿਰ ਆਮ ਲੋਕਾਂ ਦਾ ਭਰੋਸਾ ਕਿਵੇਂ ਵੱਜੇਗਾ? ਉਹ ਖੁਦ ਵੱਡੇ ਵੱਡੇ ਨਾਅਰੇ ਲਗਾਉਂਦੇ ਨੇ, ਬੋਰਡ ਲੱਗੇ ਹੋਏ ਨੇ ਪੰਜਾਬ ਵਿੱਚ ਜਗ੍ਹਾ ਜਗ੍ਹਾ ਕਿ ਪੰਜਾਬ ਦੇ ਵਿੱਚ ਜਿਹੜਾ ਸਿਹਤ ਦੇ ਉੱਤੇ ਇੰਨਾ ਬਜਟ ਖਰਚਿਆ ਜਾ ਰਿਹਾ। ਪਰ ਜਿਹੜੀ ਅਸਲ ਤਸਵੀਰ ਉਹ ਕੁਝ ਹੋਰ ਹੀ ਬਿਆਨ ਕਰਦੀ, ਉਹ ਇਹ ਬਿਆਨ ਕਰਦੀ ਹੈ ਕਿ ਜਦ ਮੁੱਖ ਮੰਤਰੀ ਆਪਣਾ ਇਲਾਜ ਹੀ ਪੰਜਾਬ 'ਚੋਂ ਨਹੀਂ ਕਰਵਾਉਂਦੇ ਤਾਂ ਇਹਦਾ ਮਤਲਬ ਪੰਜਾਬ ਦੇ ਵਿੱਚ ਸਿਹਤ ਪ੍ਰਬੰਧ ਉਸ ਪੱਧਰ ਦੇ ਨਹੀਂ ਹਨ ਕਿ ਮੁੱਖ ਮੰਤਰੀ ਇੱਥੋਂ ਇਲਾਜ ਕਰਵਾ ਸਕਣ। ਤਾਂ ਇਸੇ ਕਰਕੇ ਉਹ ਅਪੋਲੋ ਹਸਪਤਾਲ ਗਏ ਨੇ, ਅਪੋਲੋ ਇੱਕ ਵੱਡਾ ਹਸਪਤਾਲ ਹੈ, ਤਾਂ ਉੱਥੋਂ ਉਹਨਾਂ ਦਾ ਪਹਿਲਾਂ ਵੀ ਇਲਾਜ ਚੱਲਦਾ। ਤਾਂ ਉਹ ਸਵਾਲ ਹੁਣ ਵਾਰ ਵਾਰ ਇਹੀ ਖੜ੍ਹਾ ਹੁੰਦਾ ਹੈ ਕਿ ਦੂਜਿਆਂ ਨੂੰ ਭੰਡਣਾ ਅਤੇ ਦੂਜਿਆਂ 'ਤੇ ਸਵਾਲ ਖੜ੍ਹੇ ਕਰਨਾ ਕਿ ਅਸੀਂ ਸਿਹਤ ਦਾ ਮਾਡਲ ਇਸ ਤਰੀਕੇ ਦਾ ਕਰ ਦਿੱਤਾ ਹੈ, ਅਮਰੀਕਾ ਸਾਨੂੰ ਕਾਪੀ ਕਰਨ ਆਉਂਦਾ, ਅਮਰੀਕਾ ਦੇ ਰਾਸ਼ਟਰਪਤੀ ਸਾਨੂੰ ਪੁੱਛਦੇ ਆ ਕਿ ਤੁਸੀਂ ਐਡਾ ਘੈਂਟ ਮਾਡਲ ਕਿੱਥੋਂ ਲੈ ਕੇ ਆਉਂਦਾ? ਪਰ ਉਹ ਮਾਡਲ ਦੇ ਵਿੱਚ ਖੁਦ ਇਲਾਜ ਕਰਾਉਣ ਤੋਂ ਬਾਹਰੇ ਨੇ, ਖੁਦ ਇਲਾਜ ਨਹੀਂ ਕਰਵਾ ਰਹੇ। ਸਿਹਤ ਮਾਡਲ ਦੀ ਵੀ, ਸਿੱਖਿਆ ਮਾਡਲ ਦੀ ਵੀ ਜੇ ਨਾਲ ਥੋੜ੍ਹੀ ਜਿਹੀ ਗੱਲ ਕਰ ਲਈਏ, ਤਾਂ ਅਸੀਂ ਪਿਛਲੇ ਦਿਨ ਹੀ ਪੁੱਛਿਆ ਅਧਿਆਪਕਾਂ ਦੀ ਜਿੱਥੇ ਮੈਨੂੰ ਤੋਂ ਪੁੱਛਿਆ, ਉਹਨਾਂ ਦੇ ਪ੍ਰਧਾਨ ਤੋਂ ਪੁੱਛਿਆ ਕਿ ਤੁਹਾਡੇ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕਿਸੇ MLA ਦਾ ਬੱਚਾ ਪੜ੍ਹ ਰਿਹਾ, ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕਿਸੇ ਬਿਊਰੋਕਰੇਟ ਦਾ ਜਾਂ ਕਿਸੇ MLA ਦਾ ਬੱਚਾ ਨਹੀਂ ਪੜ੍ਹ ਰਿਹਾ। ਤਾਂ ਇੱਥੋਂ ਇਹ ਵੀ ਪਤਾ ਲੱਗਦਾ ਕਿ ਸਿੱਖਿਆ ਦਾ ਮਾਡਲ ਵੀ ਕੋਈ ਬਹੁਤਾ ਵਧੀਆ ਨਹੀਂ ਹੈ। ਜਦ MLA ਭਰੋਸਾ ਨਹੀਂ ਕਰ ਰਹੇ ਸਰਕਾਰੀ ਸਕੂਲਾਂ ਦੇ ਉੱਤੇ, ਜਦ ਬਿਊਰੋਕਰੇਟ ਭਰੋਸਾ ਨਹੀਂ ਕਰ ਰਹੇ, ਤਾਂ ਲੋਕਾਂ ਦਾ ਭਰੋਸਾ ਵੀ ਕਿਸ ਤਰੀਕੇ ਨਾਲ ਵੱਜੇਗਾ? ਤਾਂ ਹੁਣ ਸਿਹਤ ਦੀ ਗੱਲ ਚੱਲੀ, ਤਾਂ ਜਦ ਮੁੱਖ ਮੰਤਰੀ ਪੰਜਾਬ ਦੇ ਸਿਹਤ ਤੰਤਰ 'ਤੇ ਭਰੋਸਾ ਨਹੀਂ ਕਰਦੇ, ਉਹ ਖੁਦ ਆਪਣਾ ਇਲਾਜ ਕਰਵਾਉਣ ਲਈ ਚੰਗੇ ਹਸਪਤਾਲਾਂ ਦੇ ਵਿੱਚ ਜਾਂਦੇ ਨੇ, ਦਿੱਲੀ ਵੱਲੋਂ ਰੂਟ ਕੱਟਦੇ ਨੇ, ਤਾਂ ਫਿਰ ਆਮ ਲੋਕਾਂ ਦਾ ਭਰੋਸਾ ਕਿਵੇਂ ਵੱਜੇਗਾ? ਸੋ ਇਹ ਸਿਹਤ ਮਾਡਲ ਦੇ ਉੱਤੇ ਜਿਹੜੇ ਸਵਾਲ ਵਿਰੋਧੀ ਖੜ੍ਹੇ ਕਰ ਰਹੇ ਨੇ, ਉਹ ਅਸੀਂ ਤੁਹਾਨੂੰ ਦੱਸੇ ਆ। ਮੁੱਖ ਮੰਤਰੀ ਸਾਹਿਬ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ, ਉਹ ਜਲਦ ਤੰਦਰੁਸਤ ਹੋ ਕੇ ਵਾਪਸ ਪੰਜਾਬ ਆਉਣਗੇ ਅਤੇ ਪੰਜਾਬ ਦੇ ਕੰਮਕਾਜ ਨੂੰ ਸੰਭਾਲਣਗੇ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬੀਤੇ ਕੱਲ੍ਹ ਦਿੱਲੀ ਤੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਆਏ। ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ ਤਾਂ ਉਹ ਅਚਾਨਕ ਡਿੱਗ ਪਏ, ਉਹਨਾਂ ਦੇ ਡਿੱਗਣ ਕਾਰਨ ਉਹਨਾਂ ਦੇ ਸੱਟ ਲੱਗੀ, ਤਾਂ ਉਹਨਾਂ ਨੂੰ ਵਾਪਸ ਜਿਹੜਾ ਹੈ ਦਿੱਲੀ ਲਿਜਾਇਆ ਗਿਆ, ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਉੱਥੇ ਉਹਨਾਂ ਦਾ ਇਲਾਜ ਪਹਿਲਾਂ ਵੀ ਚੱਲਦਾ ਉਸ ਹਸਪਤਾਲ ਦੇ ਵਿੱਚੋਂ, ਤਾਂ ਦੁਬਾਰਾ ਮੁੜ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਗਿਆ। ਤਾਂ ਇਸ 'ਤੇ ਵਿਰੋਧੀ ਜਿਹੜੇ ਆ ਉਹਨਾਂ ਦੀ ਸਿਹਤ ਦੀਆਂ ਕਾਮਨਾਵਾਂ ਵੀ ਕਰ ਰਹੇ ਆ, ਅਸੀਂ ਵੀ ਉਹਨਾਂ ਦੀ ਸਿਹਤ ਦੀ ਕਾਮਨਾ ਕਰਦੇ ਹਾਂ ਕਿ ਉਹ ਸਿਹਤ ਜਲਦੀ ਸਿਹਤਯਾਬ ਹੋ ਕੇ ਵਾਪਸ ਪੰਜਾਬ ਆਉਣ ਅਤੇ ਪੰਜਾਬ ਦੇ ਜਿਹੜੇ ਕੰਮਕਾਜ ਨੂੰ ਸੰਭਾਲਣ। ਪਰ ਉੱਥੇ ਇੱਕ ਤੰਜ ਵੀ ਕੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ
ਜਿਹੜੇ ਲਗਾਤਾਰ ਪੰਜਾਬ ਦੇ ਸਿਹਤ ਮਾਡਲ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੀਆਂ ਵੀਡੀਓ ਜਾਰੀ ਹੋ ਰਹੀਆਂ ਕਿ ਉਹ ਕਹਿ ਰਹੇ ਨੇ ਕਿ ਪੰਜਾਬ ਦੀਆਂ ਮੁਹੱਲਾ ਕਲੀਨਿਕਾਂ ਦਾ ਮਾਡਲ ਅਮਰੀਕਾ ਕਾਪੀ ਕਰਨ ਫਿਰਦਾ, ਅਮਰੀਕਾ ਸਾਡੇ ਤੋਂ ਮੁਹੱਲਾ ਕਲੀਨਿਕਾਂ ਦਾ ਮਾਡਲ ਮੰਗ ਰਿਹਾ। ਤਾਂ ਉੱਥੇ ਸਵਾਲ ਇਹ ਉੱਠ ਰਹੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਿਹਤ 'ਤੇ ਇੰਨਾ ਬਜਟ ਖਰਚ ਕੀਤਾ, ਅਸੀਂ ਮੁਹੱਲਾ ਕਲੀਨਿਕਾਂ 'ਤੇ ਇੰਨਾ ਬਜਟ ਖਰਚ ਕੀਤਾ, ਤਾਂ ਫਿਰ ਆਪਣੀ ਜਦ ਆਪਣੀ ਸਿਹਤ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਇਹਨਾਂ ਹਸਪਤਾਲਾਂ ਦੇ ਵਿੱਚ ਦਾਖਲ ਕਿਉਂ ਨਹੀਂ ਹੁੰਦੇ? ਮਾਣਯੋਗ ਮੁੱਖ ਮੰਤਰੀ ਜਦ ਉਹ ਆਮ ਆਦਮੀ ਪਾਰਟੀ ਦੇ ਲੀਡਰ ਸਨ ਪੰਜਾਬ ਦੇ ਵਿੱਚ, ਕਾਂਗਰਸ ਦੀ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਤਾਂ ਉਹ ਉਸ ਸਮੇਂ ਦੇ ਲੀਡਰਾਂ 'ਤੇ ਤੰਜ ਜ਼ਰੂਰ ਕੱਸਦੇ ਰਹੇ ਆ। ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਕਹਿੰਦੇ ਰਹੇ ਕਿ ਆਪਣਾ ਇਲਾਜ ਕਰਾਉਣ ਲਈ ਵਿਦੇਸ਼ ਜਾਂਦੇ ਨੇ, ਇਹਨਾਂ ਨੇ ਪੰਜਾਬ ਦੇ ਹਸਪਤਾਲ ਕਿਉਂ ਵਧੀਆ ਪੱਧਰ ਦੇ ਨਹੀਂ ਕੀਤੇ। ਕੈਪਟਨ ਅਮਰਿੰਦਰ ਸਿੰਘ 'ਤੇ ਵੀ ਸਵਾਲ ਉੱਠਦੇ ਰਹੇ ਨੇ ਕਿ ਉਹ ਆਪਣਾ ਇਲਾਜ ਕਰਾਉਣ ਲਈ ਵਿਦੇਸ਼ਾਂ 'ਚ ਜਾਂਦੇ ਨੇ, ਬਾਹਰ ਜਾਂਦੇ ਨੇ, ਉਹਨਾਂ ਨੇ ਪੰਜਾਬ ਦੇ ਹਸਪਤਾਲ ਇਸ ਪੱਧਰ ਦੇ ਕਿਉਂ ਨਹੀਂ ਕੀਤੇ ਕਿ ਉਹਨਾਂ ਨੂੰ ਵਿਦੇਸ਼ ਨਾ ਜਾਣਾ ਪਵੇ। ਪਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਵਿੱਚ ਮੁੱਖ ਦੋ ਗੱਲਾਂ ਕਰਕੇ ਸੱਤਾ ਦੇ ਵਿੱਚ ਆਏ ਨੇ, ਸਿਹਤ ਅਤੇ ਸਿੱਖਿਆ, ਸਿਹਤ ਮਾਡਲ ਦੀ ਜਿਹੜੀ ਹੈ ਪੋਲ ਉਹ ਆਪ ਹੀ ਖੋਲ੍ਹਦੇ ਨਜ਼ਰ ਆ ਰਹੇ ਨੇ ਕਿ ਜਦ ਉਹਨਾਂ ਨੂੰ ਹੀ ਭਰੋਸਾ ਨਹੀਂ ਪੰਜਾਬ ਦੇ ਹਸਪਤਾਲਾਂ 'ਤੇ, ਪੰਜਾਬ ਦੇ ਜਿਹੜੇ ਹੈ ਸਿਹਤ ਸਿਸਟਮ 'ਤੇ, ਪੰਜਾਬ ਦੇ ਸਿਹਤ ਪ੍ਰਬੰਧ 'ਤੇ, ਤਾਂ ਫਿਰ ਆਮ ਲੋਕਾਂ ਦਾ ਭਰੋਸਾ ਕਿਵੇਂ ਵੱਜੇਗਾ? ਉਹ ਖੁਦ ਵੱਡੇ ਵੱਡੇ ਨਾਅਰੇ ਲਗਾਉਂਦੇ ਨੇ, ਬੋਰਡ ਲੱਗੇ ਹੋਏ ਨੇ ਪੰਜਾਬ ਵਿੱਚ ਜਗ੍ਹਾ ਜਗ੍ਹਾ ਕਿ ਪੰਜਾਬ ਦੇ ਵਿੱਚ ਜਿਹੜਾ ਸਿਹਤ ਦੇ ਉੱਤੇ ਇੰਨਾ ਬਜਟ ਖਰਚਿਆ ਜਾ ਰਿਹਾ, ਪਰ ਜਿਹੜੀ ਅਸਲ ਤਸਵੀਰ ਉਹ ਕੁਝ ਹੋਰ ਹੀ ਬਿਆਨ ਕਰਦੀ। ਉਹ ਇਹ ਬਿਆਨ ਕਰਦੀ ਹੈ ਕਿ ਜਦ ਮੁੱਖ ਮੰਤਰੀ ਆਪਣਾ ਇਲਾਜ ਹੀ ਪੰਜਾਬ 'ਚੋਂ ਨਹੀਂ ਕਰਵਾਉਂਦੇ ਤਾਂ ਇਹਦਾ ਮਤਲਬ ਪੰਜਾਬ ਦੇ ਵਿੱਚ ਸਿਹਤ ਪ੍ਰਬੰਧ ਉਸ ਪੱਧਰ ਦੇ ਨਹੀਂ ਹਨ ਕਿ ਮੁੱਖ ਮੰਤਰੀ ਇੱਥੋਂ ਇਲਾਜ ਕਰਵਾ ਸਕਣ। ਤਾਂ ਇਸੇ ਕਰਕੇ ਉਹ ਅਪੋਲੋ ਹਸਪਤਾਲ ਗਏ ਨੇ, ਅਪੋਲੋ ਇੱਕ ਵੱਡਾ ਹਸਪਤਾਲ ਹੈ, ਤਾਂ ਉੱਥੋਂ ਉਹਨਾਂ ਦਾ ਪਹਿਲਾਂ ਵੀ ਇਲਾਜ ਚੱਲਦਾ। ਤਾਂ ਉਹ ਸਵਾਲ ਹੁਣ ਵਾਰ ਵਾਰ ਇਹੀ ਖੜ੍ਹਾ ਹੁੰਦਾ ਕਿ ਦੂਜਿਆਂ ਨੂੰ ਭੰਡਣਾ ਅਤੇ ਦੂਜਿਆਂ 'ਤੇ ਸਵਾਲ ਖੜ੍ਹੇ ਕਰਨਾ ਕਿ ਅਸੀਂ ਸਿਹਤ ਦਾ ਮਾਡਲ ਇਸ ਤਰੀਕੇ ਦਾ ਕਰ ਦਿੱਤਾ, ਅਮਰੀਕਾ ਸਾਨੂੰ ਕਾਪੀ ਕਰਨ ਆਉਂਦਾ, ਅਮਰੀਕਾ ਦੇ ਰਾਸ਼ਟਰਪਤੀ ਸਾਨੂੰ ਪੁੱਛਦੇ ਆ ਕਿ ਤੁਸੀਂ ਐਡਾ ਘੈਂਟ ਮਾਡਲ ਕਿੱਥੋਂ ਲੈ ਕੇ ਆਉਂਦਾ। ਪਰ ਉਹ ਮਾਡਲ ਦੇ ਵਿੱਚ ਖੁਦ ਇਲਾਜ ਕਰਾਉਣ ਤੋਂ ਬਾਹਰੇ ਨੇ, ਖੁਦ ਇਲਾਜ ਨਹੀਂ ਕਰਵਾ ਰਹੇ। ਸਿਹਤ ਮਾਡਲ ਦੀ ਵੀ, ਸਿੱਖਿਆ ਮਾਡਲ ਦੀ ਵੀ ਜੇ ਨਾਲ ਥੋੜ੍ਹੀ ਜਿਹੀ ਗੱਲ ਕਰ ਲਈਏ, ਤਾਂ ਅਸੀਂ ਪਿਛਲੇ ਦਿਨ ਹੀ ਪੁੱਛਿਆ ਅਧਿਆਪਕਾਂ ਦੀ ਜਥੇਬੰਦੀ ਤੋਂ ਪੁੱਛਿਆ, ਉਹਨਾਂ ਦੇ ਪ੍ਰਧਾਨ ਤੋਂ ਪੁੱਛਿਆ ਕਿ ਤੁਹਾਡੇ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕਿਸੇ MLA ਦਾ ਬੱਚਾ ਪੜ੍ਹ ਰਿਹਾ? ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕਿਸੇ ਬਿਊਰੋਕਰੇਟ ਦਾ ਜਾਂ ਕਿਸੇ MLA ਦਾ ਬੱਚਾ ਨਹੀਂ ਪੜ੍ਹ ਰਿਹਾ। ਤਾਂ ਇੱਥੋਂ ਇਹ ਵੀ ਪਤਾ ਲੱਗਦਾ ਕਿ ਸਿੱਖਿਆ ਦਾ ਮਾਡਲ ਵੀ ਕੋਈ ਬਹੁਤਾ ਵਧੀਆ ਨਹੀਂ ਹੈ। ਜਦ MLA ਭਰੋਸਾ ਨਹੀਂ ਕਰ ਰਹੇ ਸਰਕਾਰੀ ਸਕੂਲਾਂ ਦੇ ਉੱਤੇ, ਜਦ ਬਿਊਰੋਕਰੇਟ ਭਰੋਸਾ ਨਹੀਂ ਕਰ ਰਹੇ, ਤਾਂ ਲੋਕਾਂ ਦਾ ਭਰੋਸਾ ਵੀ ਕਿਸ ਤਰੀਕੇ ਨਾਲ ਵੱਜੇਗਾ? ਤਾਂ ਹੁਣ ਸਿਹਤ ਦੀ ਗੱਲ ਚੱਲੀ, ਤਾਂ ਜਦ ਮੁੱਖ ਮੰਤਰੀ ਪੰਜਾਬ ਦੇ ਸਿਹਤ ਤੰਤਰ 'ਤੇ ਭਰੋਸਾ ਨਹੀਂ ਕਰਦੇ, ਉਹ ਖੁਦ ਆਪਣਾ ਇਲਾਜ ਕਰਵਾਉਣ ਲਈ ਚੰਗੇ ਹਸਪਤਾਲਾਂ ਦੇ ਵਿੱਚ ਜਾਂਦੇ ਨੇ, ਦਿੱਲੀ ਵੱਲੋਂ ਰੂਟ ਕੱਟਦੇ ਨੇ, ਤਾਂ ਫਿਰ ਆਮ ਲੋਕਾਂ ਦਾ ਭਰੋਸਾ ਕਿਵੇਂ ਵੱਜੇਗਾ? ਸੋ ਇਹ ਸਿਹਤ ਮਾਡਲ ਦੇ ਉੱਤੇ ਜਿਹੜੇ ਸਵਾਲ ਵਿਰੋਧੀ ਖੜ੍ਹੇ ਕਰ ਰਹੇ ਨੇ, ਉਹ ਅਸੀਂ ਤੁਹਾਨੂੰ ਦੱਸੇ ਆ। ਮੁੱਖ ਮੰਤਰੀ ਸਾਹਿਬ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ, ਉਹ ਜਲਦ ਤੰਦਰੁਸਤ ਹੋ ਕੇ ਵਾਪਸ ਪੰਜਾਬ ਆਉਣਗੇ ਅਤੇ ਪੰਜਾਬ ਦੇ ਕੰਮਕਾਜ ਨੂੰ ਸੰਭਾਲਣਗੇ।